हेलो स्टूडेंट्स वेलकम टू आवर YouTube चैनल की पॉइंट जमेकी ਤੁਹਾਨੂੰ ਪਤਾ ਆਪਾਂ ईटीटी कैडर ਦੇ 994 ਜਿਹੜੀਆਂ ਪੋਸਟਾਂ ਆਈਆਂ ਉਹਦੇ ਲਈ ਜੀਓਗ੍ਰਾਫੀ ਪਾਰਟ ਵਿੱਚੋਂ ਜਿਹੜਾ ਚੈਪਟਰ ਹੈ ਭਾਰਤ ਇੱਕ ਜਾਣ ਪਛਾਣ ਕਰ ਰਹੇ ਸੀਗੇ ਸੋ ਅੱਜ ਆਪਾਂ ਜਿਹੜਾ ਲੈਕਚਰ 3 ਕਰਾਂਗੇ ਸੋ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਸੈਸ਼ਨ ਪਹਿਲਾਂ ਕਿ ਆਪਾਂ ਜਲਵਾਯੂ ਬਾਰੇ ਡਿਸਕਸ ਕਰ ਰਹੇ ਸੀਗੇ ਜਲਵਾਯੂ ਦਾ ਕੁਝ ਪਾਰਟ ਰਹਿ ਗਿਆ ਸੀਗਾ ਭਾਰਤ ਵਿੱਚ ਸਭ ਤੋਂ ਜ਼ਿਆਦਾ ਵਰਖਾ ਮਹਾਰਾਸ਼ਟਰ ਦੇ ਮਨਸੀ ਰਾਮ ਤੇ ਚਿਰਾਪੁੰਜੀ ਵਿੱਚ ਹੁੰਦੀ ਹੈ ਜੇਕਰ ਆਪਾਂ ਗੱਲ ਕਰ ਲਈਏ ਵਰਖਾ ਬਾਰੇ ਤਾਂ ਵਰਖਾ ਕੀ ਹੈ ਜਿਹੜੀ ਭਾਰਤ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਮਹਗਾ ਲਿਆ ਸਟੇਟ ਹੈ ਜਿਹੜਾ ਮਹਗਾ ਲਿਆ ਸਟੇਟ ਹੈ ਉਸ ਵਿੱਚ ਦੋ ਸਥਾਨ ਨੇ ਮਨਸੀ ਰਾਮ ਤੇ ਚਿਰਾਪੁੰਜੀ ਇਹ ਜਿਹੜੇ ਦੋ ਸਥਾਨ ਨੇ ਇੱਥੇ ਕੀ ਹੈ ਵਰਖਾ ਸਭ ਤੋਂ ਜ਼ਿਆਦਾ ਹੁੰਦੀ ਹੈ ਇਹ ਕਿਹਾ ਜਾਂਦਾ ਹੈ ਕਿ ਇੱਥੇ ਕੀ ਹੈ ਵੀ ਸਾਰਾ ਸਾਲ ਹੀ ਜਿਹੜੀ ਕੀ ਹੈ ਵਰਖਾ ਹੁੰਦੀ ਰਹਿੰਦੀ ਹੈ ਉਸ ਤੋਂ ਬਾਅਦ ਜੇ ਗੱਲ ਕਰ ਲਈਏ ਪ੍ਰਵਾਸ ਬਾਰੇ ਉੱਤਰੀ ਪੂਰਬ ਖੇਤਰਾਂ ਮੱਧ ਏਸ਼ੀਆ ਤੋਂ ਚੀਨ ਦੇ ਰਾਸਤੇ ਮੰਗੋਲ ਜਾਤੀ ਆਈ ਜੇਕਰ ਆਪਾਂ ਗੱਲ ਕਰੀਏ ਵੀ ਭਾਰਤ ਵਿੱਚ ਵਕਫ ਵਕਤ ਜਿਵੇਂ ਜਾਤੀਆਂ ਜਾਂ ਧਰਮਾਂ ਦੇ ਲੋਕ ਰਹਿੰਦੇ ਆ ਉਹ ਕਿਵੇਂ ਇੰਡੀਆ ਵਿੱਚ ਐਂਟਰ ਹੋਏ ਤੇ ਕਿਵੇਂ ਇੰਡੀਆ ਵਿੱਚੋਂ ਰਹਿਣ ਲੱਗੇ ਜੇਕਰ ਆਪਾਂ ਗੱਲ ਕਰ ਲਈਏ ਮੰਗੋਲ ਜਾਤੀ ਦੀ ਜਿਹੜੀ ਮੰਗੋਲ ਜਾਤੀ ਇੰਡੀਆ ਵਿੱਚ ਰਹਿੰਦੀ ਹੈ ਉਹ ਉੱਤਰੀ ਪੂਰਬੀ ਖੇਤਰਾਂ ਵਿੱਚੋਂ ਮੱਧ ਏਸ਼ੀਆ ਵਿੱਚੋਂ ਯਾਨੀ ਜੇਕਰ ਆਪਾਂ ਆ ਇੰਡੀਆ ਦੀ ਇੰਡੀਆ ਦੇ ਮੈਪ ਦੀ ਇੱਕ ਰਫਲੀ ਗੱਲ ਕਰ ਲਈਏ ਇੱਧਰ ਕੀ ਹੈ ਚਾਈਨਾ ਯਾਨੀ ਉੱਤਰ ਪੂਰਬੀ ਇਲਾਕਾ ਕਿਹੜਾ ਇੱਧਰ ਵਾਲਾ ਇੱਧਰੋਂ ਕੀ ਹੈ ਮੰਗੋਲ ਜਾਤੀ ਜਿਹੜੀ ਚੀਨ ਦੇ ਰਸਤੇ ਕੀ ਆ ਇੰਡੀਆ ਵਿੱਚ ਆਈ ਸੀ ਉੱਤਰੀ ਪੱਛਮੀ ਉੱਤਰੀ ਪੱਛਮੀ ਇਲਾਕਿਆਂ ਤੋਂ ਹਿਮਾਲੀ ਖੇਤਰਾਂ ਵਿੱਚੋਂ ਤਿੱਬਤੀ ਲੋਕ ਆਏ ਤਿੱਬਤੀ ਲੋਕ ਕਿੱਧਰੋਂ ਆਏ ਹਿਮਾਲੀ ਖੇਤਰਾਂ ਵਿੱਚੋਂ ਆਏ ਜਿਹੜੇ ਹਿਮਾਲਿਆ ਜਿਹੜੇ ਪਰਬਤ ਹੈਗੇ ਆ ਉਸ ਦੇ ਉੱਪਰ ਕੀ ਕਹਿੰਦੇ ਜਿਵੇਂ ਆ ਹਿਮਾਲਿਆ ਪਰਬਤ ਹੈਗੇ ਆ ਇੱਥੇ ਇੱਥੇ ਜਿਹੜੀ ਹਿਮਾਲਿਆ ਪਰਬਤ ਹੈਗੇ ਆ ਇੱਥੇ ਕੀ ਹੈ ਤਿੱਬਤ ਹੈ ਤਿੱਬਤ ਤੋਂ ਜਿਹੜੇ ਕੀ ਹੈ ਕਿ ਜਿਹੜੇ ਲੋਕ ਹੈ ਉਹ ਭਾਰਤ ਵਿੱਚ ਆਏ ਉਸ ਵਕਲ ਕਰੀਏ ਉੱਤਰੀ ਪੱਛਮੀ ਮੈਦਾਨੀ ਇਲਾਕਿਆਂ ਵਿੱਚੋਂ ਆਰੀਅਨ ਅਤੇ ਮੁਸਲਮਾਨ ਜਾਤੀਆਂ ਜੋ ਕਿ ਖੈਬਰ ਅਤੇ ਬੁਲੰਦਰਾ ਪਾਰ ਕਰਕੇ ਆਏ ਆਪਾਂ ਨੂੰ ਪਤਾ ਹੈ ਜਿਹੜੇ ਉੱਤਰੀ ਪੱਛਮੀ ਉੱਤਰੀ ਪੱਛਮੀ ਹੁਣ ਕਿਹੜਾ ਇਲਾਕਾ ਹੋ ਗਿਆ ਜਿਵੇਂ ਨੌਰਥ ਸੀ ਆਹ ਸਾਊਥ ਸੀ ਆਹ ਵੈਸਟ ਸੀ ਤੇ ਆਹ ਕੀ ਸੀ ਈਸਟ ਸੀ ਉੱਤਰੀ ਪੱਛਮੀ ਯਾਨੀ ਇੱਧਰ ਵਾਲਾ ਇਲਾਕਾ ਜਿਹੜਾ ਇੱਥੋਂ ਕੀ ਹੈ ਜਿਹੜੇ ਪਾਕਿਸਤਾਨ ਇੱਥੇ ਕਿਹੜੇ ਦੇਸ਼ ਹੈ ਪਾਕਿਸਤਾਨ ਤੇ ਅਫਗਾਨਿਸਤਾਨ ਹੈ ਇੱਧਰੋਂ ਕੀ ਹੈ ਜਿਹੜੇ ਖੈਬਰ ਅਤੇ ਬੋਲਾੰਦਰੇ ਵਿੱਚੋਂ ਕਿਹੜੇ ਦੇਰੇ ਵਿੱਚੋਂ ਖੈਬਰ ਅਤੇ ਬੋਲਾੰਦਰੇ ਵਿੱਚੋਂ ਕਿਹੜੇ ਲੋਕ ਆਰੀਅਨ ਅਤੇ ਮੁਸਲਮਾਨ ਲੋਕ ਜਿਹੜੇ ਕੀ ਹੈ ਇੰਡੀਆ ਵਿੱਚ ਇੱਥੋਂ ਦੀ ਐਂਟਰ ਹੋਏ ਸੀਗੇ ਉਸ ਤੋਂ ਅਗਲੀ ਗੱਲ ਕਰੀਏ ਦੱਖਣੀ ਭਾਗਾਂ ਵਿੱਚ ਦਰਵਿੜ ਜਾਤੀ ਦੇ ਲੋਕ ਜਿਹੜੇ ਦੱਖਣ ਸਾਊਥ ਵੱਲ ਹੈ ਜਿਹੜੇ ਨੀਚੇ ਇੱਥੇ ਜਿਹੜੇ ਦਰਵਿੜ ਜਾਤੀ ਦੇ ਲੋਕ ਰਹਿੰਦੇ ਆ ਉਹ ਕਿੱਧਰ ਕਿੱਥੇ ਰਹਿੰਦੇ ਆ ਦੱਖਣੀ ਭਾਗਾਂ ਵਿੱਚ ਰਹਿੰਦੇ ਆ ਤਾਮਿਲਨਾਡੂ ਵਿੱਚ ਸ਼੍ਰੀਲੰਕਾ ਤੋਂ ਆਏ ਤਾਮਿਲ ਜਾਤੀ ਦੇ ਲੋਕ ਨਿਵਾਸ ਕਰਦੇ ਹਨ ਜਿਵੇਂ ਕਿ ਆਪਾਂ ਨੂੰ ਪਤਾ ਇੱਥੇ ਤਾਮਿਲਨਾਡੂ ਹੈ ਤਾਮਿਲਨਾਡੂ ਵਿੱਚ ਜਿਹੜੇ ਤਾਮਿਲ ਜਾਤੀ ਦੇ ਲੋਕ ਹੈ ਉਹ ਕਿੱਥੋਂ ਆਏ ਸੀਗੇ ਉਹ ਸ਼੍ਰੀਲੰਕਾ ਵਿੱਚੋਂ ਆਏ ਸੀ ਹਾਂਜੀ ਜੇ ਹੁਣ ਆਪਾਂ ਨੂੰ ਕੁਐਸਚਨ ਵੀ ਆ ਸਕਦਾ ਹੈ ਵੀ ਕਿਹੜੇ ਲੋਕ ਕਿੱਥੋਂ ਆਏ ਤੇ ਕਿਹੜੇ ਰਸਤੇ ਰਾਈਆਂ ਆਏ ਇਸ ਕਰਕੇ ਜਿਹੜਾ ਆਪਾਂ ਪ੍ਰਵਾਸ ਡਿਸਕਸ ਡਿਸਕਸ ਕਰਨਾ ਇੱਕ ਵੈਰੀ ਵੈਰੀ ਇੰਪੋਰਟੈਂਟ ਜਿਹੜਾ ਟੌਪਿਕ ਬਣ ਜਾਂਦਾ ਹੈ ਅਸਾਂ ਅੱਗੇ ਗੱਲ ਕਰਦੇ ਹਾਂ ਦੇਸ਼ ਵਿੱਚ ਲਗਭਗ 187 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਦੇਸ਼ ਵਿੱਚ ਕਿੰਨੀਆਂ ਭਾਸ਼ਾਵਾਂ 187 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਤੇ ਜਿਨ੍ਹਾਂ ਵਿੱਚੋਂ ਕੇਵਲ ਜਿਹੜੀਆਂ 22 ਭਾਸ਼ਾਵਾਂ ਉਹਨਾਂ ਨੂੰ ਹੀ ਮਾਨਤਾ ਪ੍ਰਾਪਤ ਹੈ 187 ਬੋਲੀਆਂ ਜਿਹੜੀਆਂ ਬੋਲੀਆਂ ਜਾਂਦੀਆਂ ਹਨ ਪਰ ਉਹਨਾਂ ਨੂੰ 22 ਭਾਸ਼ਾਵਾਂ ਨੂੰ ਕੀ ਮਾਨਤਾ ਪ੍ਰਾਪਤ ਹੈ ਯਾਨੀ ਜਿਹੜਾ ਅਫੀਸ਼ੀਅਲ ਵਰਕ ਹੈ ਜਿਹੜਾ ਸਟੇਟਸ ਦਾ ਅਫੀਸ਼ੀਅਲ ਵਰਕ ਹੈ ਜਿਹੜਾ ਉਹਨਾਂ ਦਾ ਕੰਮ ਕਾਜ ਹੈ ਉਹ 22 ਭਾਸ਼ਾਵਾਂ ਦੇ ਵਿੱਚ ਹੀ ਕੀਤਾ ਜਾਂਦਾ ਹੈ ਜੇਕਰ ਗੱਲ ਕਰ ਲਈਏ ਦੇਸ਼ ਦੇ ਮਾਨਸੂਨ ਦੀ ਦੇਸ਼ ਦਾ ਮਾਨਸੂਨ ਉਸਨ ਮਾਨਸੂਨੀ ਜਲਵਾਯੂ ਵਾਲਾ ਹੈ ਦੇਸ਼ ਵਿੱਚ ਜਿਆਦਾ ਗਰਮੀ ਅਤੇ ਵਰਖਾ ਦੀ ਰੁੱਤ ਹੁੰਦੀ ਹੈ ਜੇਕਰ ਇਹ ਕੁਐਸਚਨ ਆ ਜਾਂਦਾ ਹੈ ਵੀ ਜਿਹੜਾ ਭਾਰਤ ਹੈ ਉਸ ਵਿੱਚ ਜਿਆਦਾ ਕਿਹੜੀ ਰੁੱਤ ਹੁੰਦੀ ਹੈ ਗਰਮੀ ਦੀ ਅਤੇ ਵਰਖਾ ਦੀ ਦੇਸ਼ ਦੀ ਖੇਤੀਬਾੜੀ ਅਤੇ ਆਰਥਿਕਤਾ ਮੌਨਸੂਨ ਪਾਣਾ ਤੇ ਹੀ ਨਿਰਭਰ ਹੈ ਜੇਕਰ ਆਪਾਂ ਗੱਲ ਕਰ ਲਈਏ ਜਿਹੜੀ ਦੇਸ਼ ਦੀ ਖੇਤੀਬਾੜੀ ਹੈ ਉਹ ਕੀ ਆਪਣੇ ਮੌਨਸੂਨ ਤੇ ਹੀ ਨਿਰਭਰ ਹੈ ਅੱਜ ਕੱਲ ਤਾਂ ਬਹੁਤ ਡਵੈਲਪਮੈਂਟ ਹੋ ਗਈ ਹੈ ਜਿਹੜੇ ਟਿਊਬਵੈਲਸ ਵਗੈਰਾ ਜਾਂ ਮੋਟਰ ਐਵਜੇ ਚੀਜ਼ਾਂ ਆ ਗਈਆਂ ਜਿਹਦੇ ਕਰਕੇ ਵੀ ਜਿਹੜੀ ਖੇਤੀਬਾੜੀ ਦਾ ਵਿਕਾਸ ਹੋਇਆ ਪਰ ਜੇਕਰ ਜ਼ਿਆਦਾਤਰ ਖੇਤਰ ਵਿੱਚ ਆਪਾਂ ਮੰਨ ਲਈਏ ਜਿਹੜੇ ਖੇਤੀਬਾੜੀ ਹੈ ਉਹ ਮੌਨਸੂਨ ਪਾਉਣਾਂ ਤੇ ਹੀ ਨਿਰਭਰ ਹੈ ਹਾਂਜੀ ਜ਼ਰੂਰ ਇਸ ਦੇ ਨਾਲ ਜਿਹੜਾ ਆਪਣਾ ਪਹਿਲਾ ਚੈਪਟਰ ਹੈ ਭਾਰਤ ਇੱਕ ਜਾਣ ਪਛਾਣ ਕੰਪਲੀਟ ਹੁੰਦਾ ਸੋ ਆਪਾਂ ਅੱਜ ਦੇ ਇਸ ਦੇ ਨਾਲ ਜਿਹੜੇ ਕੁਝ ਐਮਸੀਕਿਊਜ਼ ਜਿਹੜੇ ਹੈਗੇ ਆ ਉਹ ਕਰਦੇ ਆ ਸੋ ਸਟਾਰਟ ਕਰਦੇ ਆ ਜੇ ਪਹਿਲੇ ਐਮਸੀਕਿਊ ਨਾਲ ਖੇਤਰਪਲ ਪੱਖੋਂ ਸੰਸਾਰ ਦਾ ਸਭ ਤੋਂ ਵੱਡਾ ਦੇਸ਼ ਕਿਹੜਾ ਹੈ ਖੇਤਰਪਲ ਪੱਖੋਂ ਸੰਸਾਰ ਦਾ ਸਭ ਤੋਂ ਵੱਡਾ ਦੇਸ਼ ਕਿਹੜਾ ਹੈ ਭਾਰਤ ਚੀਨ ਰੂਸ ਅਤੇ ਅਮਰੀਕਾ ਹਾਂਜੀ ਸਟੂਡੈਂਟ ਇਸ ਬਾਰੇ ਆਪਾਂ ਗੱਲ ਕਰ ਚੁੱਕੇ ਸੀ ਆਪਾਂ ਇੱਕ ਸ਼ਾਰਟ ਟ੍ਰਿਕ ਵੀ ਕੀਤੀ ਸੀ ਕਿਹੜੀ ਰੱਕੂ ਬਾਈ ਰੱਕੂ ਬਾਈ ਆਰ ਤੋਂ ਕੀ ਸੀ ਰਸ਼ੀਆ ਸੀ ਤੋਂ ਕੈਨੇਡਾ ਫਿਰ ਸੀ ਤੋਂ ਚਾਈਨਾ ਯੂ ਤੋਂ ਯੂ ਐਸ ਏ ਬੀ ਤੋਂ ਬ੍ਰਾਜ਼ੀਲ ਏ ਤੋਂ ਆਸਟ੍ਰੇਲੀਆ ਤੇ ਆਈ ਤੋਂ ਇੰਡੀਆ ਸੋ ਖੇਤਰਫਲ ਪੱਖੋਂ ਸਭ ਤੋਂ ਸੰਸਾਰ ਦਾ ਸਭ ਤੋਂ ਵੱਡਾ ਦੇਸ਼ ਕਿਹੜਾ ਰੂਸ ਯਾਨੀ ਰਸ਼ੀਆ ਨੈਕਸਟ ਕੁਐਸਚਨ ਭਾਰਤ ਦੇ ਕਿਸ ਰਾਜ ਵਿੱਚ ਔਰਤ ਸਖਰਤਾ ਦਰ ਸਭ ਤੋਂ ਜ਼ਿਆਦਾ ਹੈ ਹਾਂਜੀ ਸਟੂਡੈਂਟ ਇਸ ਕੁਐਸਚਨ ਵਿੱਚ ਆਪਾਂ ਇਹ ਦੱਸਣਾ ਕਿਸ ਰਾਜ ਵਿੱਚ ਭਾਰਤ ਦੇ ਕਿਸ ਰਾਜ ਵਿੱਚ ਸਭ ਔਰਤਾਂ ਜਿਹੜੀਆਂ ਸਭ ਤੋਂ ਵੱਧ ਪੜੀਆਂ ਲਿਖੀਆਂ ਫਸਟ ਕੇਰਲ ਸੈਕੰਡ ਬਿਹਾਰ ਥਰਡ ਦਿੱਲੀ ਫੋਰਥ ਪੰਜਾਬ ਹਾਂਜੀ ਸਟੂਡੈਂਟ ਇਸ ਦਾ ਰਾਈਟ ਆਨਸਰ ਹੈ ਕੇਰਲ ਜਿਹੜਾ ਕੇਰਲ ਹੈ ਉੱਥੇ ਕੀ ਹੈ ਜਿਹੜੀ ਔਰਤਾਂ ਦੀ ਸਾਖਰਤਾ ਦਰ ਯਾਨੀ ਔਰਤਾਂ ਜਿਹੜੀਆਂ ਸਭ ਤੋਂ ਵੱਧ ਪੜੀਆਂ ਲਿਖੀਆਂ ਨੈਕਸਟ ਕੁਐਸਚਨ ਭਾਰਤ ਦੀ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਲੰਬਾਈ ਕਿੰਨੀ ਹੈ ਹਾਂਜੀ ਸਟੂਡੈਂਟ ਇਸ ਕੁਐਸਚਨ ਵਿੱਚ ਆਪਾਂ ਦੱਸਣਾ ਹੈ ਜਿਹੜੇ ਭਾਰਤ ਦੀ ਟੋਟਲ ਨਾਰਥ ਤੋਂ ਲੈ ਕੇ ਸਾਊਥ ਤੱਕ ਟੋਟਲ ਲੰਬਾਈ ਕਿੰਨੀ ਹੈ ਫਰਸਟ 314 ਕਿਲੋਮੀਟਰ 3400 ਕਿਲੋਮੀਟਰ 3214 ਕਿਲੋਮੀਟਰ 3450 ਕਿਲੋਮੀਟਰ ਹਾਂਜੀ ਸਟੂਡੈਂਟਸ ਦਾ ਰਾਈਟ ਆਨਸਰ ਹੈ 3214 ਕਿਲੋਮੀਟਰ ਨੈਕਸਟ ਕੁਐਸਚਨ 2011 ਦੀ ਜਨਗਣਨਾ ਦੇ ਅਨੁਸਾਰ ਭਾਰਤ ਵਿੱਚ ਜਨਸੰਖਿਆ ਦੀ ਘਣਤਾ ਕਿੰਨੀ ਸੀ ਫਸਟ 384 ਸੈਕੰਡ 382 ਥਰਡ 460 ਫੋਰਥ 432 ਹਾਂਜੀ ਸਟੂਡੈਂਟ ਇਸ ਕੁਐਸਚਨ ਵਿੱਚ ਆਪਾਂ ਦੱਸਣਾ ਹੈ ਜਿਹੜੀ 2011 ਦੀ ਜਿਹੜੀ ਜਨਗਣਨਾ ਹੋਈ ਸੀਗੀ ਉਸ ਦੇ ਅਨੁਸਾਰ ਜਿਹੜੀ ਜਨਸੰਖਿਆ ਦੀ ਘਣਤਾ ਕਿੰਨੀ ਆ ਯਾਨੀ ਇੱਕ ਵਰਗ ਕਿਲੋਮੀਟਰ ਦੇ ਵਿੱਚ ਕਿੰਨੇ ਲੋਕ ਰਹਿੰਦੇ ਆ ਸੋ ਇਸ ਦਾ ਰਾਈਟ ਆਨਸਰ ਆ 382 ਜਿਹੜੀ ਇਸ ਦੀ 2011 ਦੀ ਜਿਹੜੀ ਜਨਸੰਖਿਆ ਜਨਗਣਨਾ ਹੋਈ ਸੀਗੀ ਉਸ ਦੇ ਅਕੋਰਡਿੰਗ ਜਿਹੜੇ 382 ਵਿਅਕਤੀ ਆ ਜਿਹੜੇ ਪ੍ਰਤੀ ਵਰਗ ਕਿਲੋਮੀਟਰ ਦੇ ਵਿੱਚ ਰਹਿੰਦੇ ਹਨ ਨੈਕਸਟ ਕੁਐਸਚਨ ਜਨਸੰਖਿਆ ਦੇ ਨਜ਼ਰੀਏ ਤੋਂ ਭਾਰਤ ਨੂੰ ਵਿਸ਼ਵ ਵਿੱਚ ਕਿਹੜਾ ਸਥਾਨ ਪ੍ਰਾਪਤ ਹੈ ਫਰਸਟ ਪਹਿਲਾ ਸੈਕਿੰਡ ਚੌਥਾ ਥਰਡ ਤੀਸਰਾ ਫੋਰਥ ਦੂਸਰਾ ਹਾਂਜੀ ਸਟੂਡੈਂਟ ਇਸ ਵਿੱਚ ਆਪਾਂ ਦੱਸਣਾ ਹੈ ਜੇ ਜਨਸੰਖਿਆ ਦੇ ਨਜ਼ਰੀਏ ਤੋਂ ਦੇਖੀਏ ਜਨਸੰਖਿਆ ਨੂੰ ਆਧਾਰ ਮੰਨ ਕੇ ਦੇਖੀਏ ਤਾਂ ਜਿਹੜਾ ਭਾਰਤ ਨੂੰ ਕਿਹੜਾ ਸਥਾਨ ਪ੍ਰਾਪਤ ਹੈ ਹਾਂਜੀ ਸਟੂਡੈਂਟ ਇਸ ਦਾ ਰਾਈਟ ਆਨਸਰ ਕੀ ਹੈ ਦੂਸਰਾ ਫਰਸਟ ਤੇ ਕਿਹੜਾ ਚਾਈਨਾ ਫਰਸਟ ਤੇ ਕਿਹੜਾ ਚਾਈਨਾ ਯਾਨੀ ਚੀਨ ਹੈ ਤੇ ਸੈਕਿੰਡ ਤੇ ਕਿਹੜਾ ਇੰਡੀਆ ਨੈਕਸਟ ਕੁਐਸਚਨ ਭਾਰਤ ਨੂੰ ਕਿਹੜੀ ਰੇਖਾ ਦੋ ਸਮਾਨ ਭਾਗਾਂ ਵਿੱਚ ਵੰਡਦੀ ਹੈ ਭਾਰਤ ਨੂੰ ਕਿਹੜੀ ਰੇਖਾ ਦੋ ਸਮਾਨ ਭਾਗਾਂ ਵਿੱਚ ਵੰਡਦੀ ਹੈ ਫਸਟ ਮਕਰ ਰੇਖਾ ਸੈਕੰਡ ਕਰਕ ਰੇਖਾ ਥਰਡ ਦੋਵੇਂ 4th ਇਹਨਾਂ ਵਿੱਚੋਂ ਕੋਈ ਨਹੀਂ ਹਾਂਜੀ ਸਟੂਡੈਂਟ ਇਸ ਵਿੱਚ ਆਪਾਂ ਦੱਸਣਾ ਜਿਹੜਾ ਇੰਡੀਆ ਹੈ ਜਿਹੜਾ ਇੰਡੀਆ ਹੈ ਉਸ ਨੂੰ ਜਿਹੜੀ ਇੱਕ ਲਾਈਨ ਹੈ ਜਿਹੜੀ ਲਾਈਨ ਹੈ ਦੋ ਬਰਾਬਰ ਭਾਗਾਂ ਵਿੱਚ ਜਿਹੜੀ ਲਾਈਨ ਮੰਨਦੀ ਆ ਉਹ ਦੱਸਦਾ ਨਾਮ ਕੀ ਉਸ ਦਾ ਨਾਮ ਕੀ ਹੈ ਕਰਕ ਰੇਖਾ ਸੋ ਇਸ ਦਾ ਰਾਈਟ ਆਨਸਰ ਕੀ ਹੈ ਕਰਕ ਰੇਖਾ ਨੈਕਸਟ ਕੁਐਸਚਨ ਭਾਰਤ ਕਿੰਨੇ ਪਾਸਿਓਂ ਹਿੰਦ ਮਹਾਸਾਗਰ ਨਾਲ ਕਿਰਿਆ ਹੋਇਆ ਹੈ ਭਾਰਤ ਕਿੰਨੇ ਪਾਸਿਓਂ ਹਿੰਦ ਮਹਾਸਾਗਰ ਨਾਲ ਕਿਰਿਆ ਹੋਇਆ ਹੈ ਹਾਂਜੀ ਸਟੂਡੈਂਟ ਜੇ ਗੱਲ ਕਰ ਲਈ ਜਿਹੜਾ ਹਿੰਦ ਮਹਾਸਾਗਰ ਹੈ ਇੰਡੀਆ ਦੇ ਕਿਹੜੇ ਸਾਊਥਰਨ ਪਾਰਟ ਵਿੱਚ ਹੈ ਯਾਨੀ ਸਾਊਥ ਵਿੱਚ ਯਾਨੀ ਦੱਖਣ ਵਿੱਚ ਹੈ ਤਾਂ ਇਸ ਤੋਂ ਸਾਫ਼ ਸਾਫ਼ ਪਤਾ ਲੱਗ ਜਾਂਦਾ ਹੈ ਜਿਹੜਾ ਭਾਰਤ ਆ ਤਿੰਨ ਪਾਸਿਆਂ ਤੋਂ ਜਿਹੜਾ ਕੀ ਹੈ ਹਿੰਦ ਮਹਾਸਾਗਰ ਨਾਲ ਕਿਰਿਆ ਹੋਇਆ ਹੈ ਇੱਕ ਵੈਸਟ ਸਾਈਡ ਤੋਂ ਇੱਕ ਈਸਟ ਸਾਈਡ ਤੋਂ ਇੱਕ ਜਿਹੜਾ ਸਾਊਥ ਵਾਲੇ ਸਾਈਡ ਤੋਂ ਨੈਕਸਟ ਕੁਐਸਚਨ ਆਜ ਦੇ ਭਗੋਲਿਕ ਦੀ ਪ੍ਰਬੰਧਕੀ ਵੰਡ ਕੀ ਹੈ ਹਾਂਜੀ ਸਟੂਡੈਂਟ ਇਹ ਜਿਹੜਾ ਕੀ ਆਪਣੇ ਤੋਂ ਗਲਤ ਡਾਟਾ ਪਹਿਲਾਂ ਜਦੋਂ ਆਪਾਂ ਚੈਪਟਰ ਕਰ ਰਹੇ ਸੀ ਦਿੱਤਾ ਦਿੱਤਾ ਗਿਆ ਸੀਗਾ ਇਸ ਵਿੱਚ ਕੀ ਆਪਾਂ ਦੱਸਣਾ ਵੀ ਜਿਹੜੇ ਭਾਰਤ ਆ ਉਸ ਦੀਆਂ ਕਿੰਨੀਆਂ ਸਟੇਟਸ ਤੇ ਕਿੰਨੀਆਂ ਯੂਟੀਆਂ ਐ ਮੈਂ ਗਲਤੀ ਨਾਲ ਉਸ ਦੇ ਵਿੱਚ ਜਿਹੜਾ 29 ਸੌਰੀ 28 ਸਟੇਟਸ ਤੇ 9 ਯੂਟੀਆਂ ਦਾ ਕਹਿਤਾ ਸੀਗਾ ਪਰ ਕਿ ਇਹ ਡਾਟਾ ਚੇਂਜ ਹੋ ਚੁੱਕਿਆ ਹੁਣ ਜਿਹੜਾ ਕਿ 28 ਸਟੇਟਸ ਨੇ ਤੇ 8 ਯੂਟੀਆਂ ਨੇ ਤੁਸੀਂ ਆਦੇ ਨੋਟਸ ਦੇ ਵਿੱਚ ਵੀ ਇਹ ਕਰੈਕਟ ਕਰ ਲਓ ਵੀ ਭਾਰਤ ਦੇ ਕਿੰਨੀਆਂ ਸਟੇਟ 28 ਸਟੇਟਸ ਨੇ ਤੇ 9 ਕਿਹਨੇ ਯੂਟੀਆਂ ਨੇ ਅੱਗੇ ਆਪਣੇ ਨੈਕਸਟ ਕੁਐਸਚਨ ਵੱਲ ਰੋਮਨ ਲੋਕਾਂ ਨੇ ਭਾਰਤ ਦਾ ਨਾਮ ਇੰਦੋਸ ਤੋਂ ਸੁਧਾਰ ਕੇ ਕੀ ਰੱਖਿਆ ਰੋਮਨ ਲੋਕਾਂ ਨੇ ਭਾਰਤ ਦਾ ਨਾਮ ਇੰਦੋਸ ਤੋਂ ਸੁਧਾਰ ਕੇ ਕੀ ਰੱਖਿਆ ਫਸਟ ਇੰਦੀਸੀਆ ਸੈਕੰਡ ਸਿੰਦੂਸ ਥਰਡ ਕੋਈ ਬਦਲਾਅ ਨਹੀਂ ਕੀਤਾ ਫੋਰਥ ਇੰਡਸ ਹਾਂਜੀ ਸਟੂਡੈਂਟ ਇਸ ਕੁਐਸਚਨ ਵਿੱਚ ਆਪਾਂ ਦੱਸਣਾ ਹੈ ਜਿਹੜਾ ਰੋਮਨ ਲੋਕਾਂ ਨੇ ਭਾਰਤ ਦਾ ਨਾਮ ਪਹਿਲਾਂ ਇੰਦੋਸ ਸੀਗਾ ਉਸ ਨੂੰ ਸੁਧਾਰ ਕੇ ਕੀ ਰੱਖਿਆ ਸੀ ਇਸ ਦਾ ਰਾਈਟ ਆਨਸਰ ਹੈ ਇੰਡਸ ਜਿਹੜਾ ਰੋਮਨ ਲੋਕਾਂ ਨੇ ਭਾਰਤ ਦਾ ਨਾਮ ਇੰਦੋਸ ਤੋਂ ਬਦਲ ਕੇ ਕੀ ਰੱਖਤਾ ਸੀ ਇੰਦਸ ਜਿਹੜਾ ਬਾਅਦ ਵਿੱਚ ਕੀ ਹੈ ਇੰਡੀਆ ਪੈ ਗਿਆ ਸੀ ਉਸ ਤੋਂ ਅੱਗੇ ਭਾਰਤ ਏਸ਼ੀਆ ਦੇ ਕਿਸ ਪਾਸੇ ਸਥਿਤ ਹੈ ਹਾਂਜੀ ਸਟੂਡੈਂਟ ਇਸ ਕੁਐਸਚਨ ਵਿੱਚ ਆਵਾ ਦੱਸਣਾ ਜਿਹੜਾ ਭਾਰਤ ਹੈ ਉਹ ਏਸ਼ੀਆ ਕੰਟੀਨੈਂਟ ਜਿਹੜਾ ਏਸ਼ੀਆ ਮਹਾਦੀਪ ਹੈ ਉਸ ਦੇ ਕਿਸ ਪਾਸੇ ਸਥਿਤ ਹੈ ਫਸਟ ਪੱਛਮ ਸੈਕਿੰਡ ਉੱਤਰ ਥਰਡ ਵਿਚਕਾਰ ਫੋਰਥ ਦੱਖਣ ਹਾਂ ਜੀ ਤੁਸੀਂ ਉਸ ਦਾ ਰਾਈਟ ਆਨਸਰ ਕੀਆ ਦੱਖਣ ਭਾਰਤ ਕੀ ਹੈ ਜਿਹੜਾ ਏਸ਼ੀਆ ਦੇ ਦੱਖਣ ਪਾਸੇ ਸਥਿਤ ਹੈ ਇਸ ਕਰਕੇ ਜਿਹੜਾ ਭਾਰਤ ਹੈ ਉਸ ਨੂੰ ਕੀ ਦੱਖਣੀ ਏਸ਼ੀਆ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਭਾਰਤ ਨੂੰ ਦੱਖਣੀ ਏਸ਼ੀਆ ਇਸ ਲਈ ਜਾਣਿਆ ਦੇ ਨਾਮ ਨਾਲ ਇਸ ਲਈ ਜਾਣਿਆ ਜਾਂਦਾ ਹੈ ਕਿਉਂਕਿ ਇਹ ਏਸ਼ੀਆ ਦੇ ਦੱਖਣ ਦੇ ਪਾਸੇ ਸਥਿਤ ਹੈ ਨੈਕਸਟ ਕੁਐਸਚਨ ਭਾਰਤ ਦਾ ਆਧੁਨਿਕ ਨਾਮ ਇੰਡੀਆ ਕਿਸ ਦਰਿਆ ਦੇ ਨਾਮ ਤੇ ਪਿਆ ਅਤੇ ਕਿਹੜੇ ਲੋਕਾਂ ਦੁਆਰਾ ਰੱਖਿਆ ਗਿਆ ਹਾਂਜੀ ਸਟੂਡੈਂਟ ਇਸ ਕੁਐਸਚਨ ਵਿੱਚ ਆਪਾਂ ਦੱਸਣਾ ਜਿਹੜਾ ਭਾਰਤ ਹੈ ਉਸ ਦਾ ਨਾਮ ਇੰਡੀਆ ਕਿਵੇਂ ਪਿਆ ਅਤੇ ਕਿਹੜੇ ਲੋਕਾਂ ਦੁਆਰਾ ਰੱਖਿਆ ਗਿਆ ਅਤੇ ਕਿਹੜੇ ਦਰਿਆ ਦੇ ਨਾਮ ਤੇ ਪਿਆ ਫਰਸਟ ਹੈ ਸਿੰਧੂ ਆਰੀਆ ਸੈਕੰਡ ਹੈ ਸਰਸਵਤੀ ইরਾਨੀ ਥਰਡ ਹੈ ਸਰਸਵਤੀ ਆਰੀਆ ਫੋਰਥ ਹੈ ਸਿੰਧੂ ਯੂਨਾਨੀ ਹਾਂਜੀ ਸਟੂਡੈਂਟਸ ਸੋ ਇਸ ਦਾ ਰਾਈਟ ਆਨਸਰ ਕੀ ਹੈ ਸਿੰਧੂ ਅਤੇ ਆਰੀਆ ਜਿਹੜੇ ਆਰੀਅਨ ਲੋਕ ਸੀਗੇ ਉਹਨਾਂ ਨੇ ਕੀ ਹੈ ਪਹਿਲਾਂ ਇੰਡੋਸ ਸੀਗਾ ਸਿੰਧੂ ਤੋਂ ਕੀ ਬਣਿਆ ਸਿੰਧੂ ਤੋਂ ਬਣਿਆ ਇੰਡੋਸ ਤੇ ਇੰਡੋਸ ਤੋਂ ਫਿਰ ਉਹਨਾਂ ਨੇ ਕੀ ਰੱਖਤਾ ਹਿੰਦੂਸ ਤੇ ਹਿੰਦੂਸ ਤੋਂ ਫਿਰ ਕੀ ਬਣ ਗਿਆ ਇੰਡੀਆ ਇਸ ਕਰਕੇ ਜਿਹੜੀ ਨਦੀ ਸੀ ਉਸੇ ਸਿੰਧੂ ਅਤੇ ਲੋਕ ਕਿਹੜੇ ਸੀਗੇ ਆਰੀਆ ਲੋਕ ਜਿਨ੍ਹਾਂ ਨੂੰ ਆਰੀਅਨ ਲੋਕ ਵੀ ਕਿਹਾ ਜਾਂਦਾ ਹੈ ਨੈਕਸਟ ਕੁਐਸਚਨ ਭਾਰਤ ਦਾ ਖੇਤਰਫਲ ਕਿੰਨਾ ਹੈ ਭਾਰਤ ਦਾ ਖੇਤਰਫਲ ਕਿੰਨਾ ਹੈ ਹਾਂਜੀ ਸਟੂਡੈਂਟਸ ਦਾ ਰਾਈਟ ਆਨਸਰ ਕੀ ਹੈ 32,87,263 ਕਿਲੋਮੀਟਰ ਭਾਰਤ ਦਾ ਕਿਹੜਾ ਹਿੱਸਾ ਜ਼ਿਆਦਾ ਖੇਤਾ ਖੇਤਰ ਜਿਹੜਾ ਘੇਰਦਾ ਹੈ ਫਸਟ ਪੱਛਮੀ ਸੈਕੰਡ ਉੱਤਰੀ 3 ਦੱਖਣੀ 4 ਪੂਰਬੀ ਹਾਂਜੀ ਸਟੂਡੈਂਟ ਇਸ ਕੁਐਸਚਨ ਵਿੱਚ ਆਪਾਂ ਦੱਸਣਾ ਜਿਹੜਾ ਭਾਰਤ ਦਾ ਕਿਹੜਾ ਹਿੱਸਾ ਜਿਹੜਾ ਕਿ ਸਭ ਤੋਂ ਜ਼ਿਆਦਾ ਜਿਹੜਾ ਖੇਤਰ ਹੈ ਘੇਰਦਾ ਤਾਂ ਇਸ ਦਾ ਰਾਈਟ ਆਨਸਰ ਕੀ ਹੈ ਉੱਤਰੀ ਜਿਹੜਾ ਭਾਰਤ ਦਾ ਉੱਤਰੀ ਹਿੱਸਾ ਹੈ ਜਿਵੇਂ ਆਪਾਂ ਭਾਰਤ ਦਾ ਮੈਪ ਲਗਾ ਲਈਏ ਜਿਵੇਂ ਕਿ ਆ ਭਾਰਤ ਦਾ ਮੈਪ ਹੈ ਤੇ ਜਿਹੜੀ ਆ ਕਰਕ ਰੇਖਾ ਇਸ ਨੂੰ ਦੋ ਭਾਗਾਂ ਵਿੱਚ ਵੰਡ ਰਹੀ ਹੈ ਤੇ ਜਿਹੜਾ ਉੱਤਰ ਵਾਲਾ ਪਾਸਾ ਯਾਨੀ ਜਿਹੜਾ ਆ ਵਾਲਾ ਪਾਰਟ ਕੀ ਹੈ ਇਸ ਦਾ ਜਿਆਦਾ ਖੇਤਰ 파ੜਦਾ ਹੈ ਖੇਤਰ ਕੀ ਹੈ ਘੇਰਦਾ ਹੈ ਅਕੋਰਡਿੰਗ ਟੂ ਇਸ ਦੇ ਸਾਊਥਰਨ ਤੇ ਜਾਂ ਦੂਸਰੇ ਪਾਰਟਸ ਦੇ ਨਾਲ ਜਿਹੜਾ ਕਿਹੜਾ ਪਾਰਟ ਉੱਤਰੀ ਪਾਰਟ ਸੋ ਇਸ ਦਾ ਰਾਈਟ ਆਨਸਰ ਕੀ ਬਣੇਗਾ ਉੱਤਰ ਜਿਹੜਾ ਉੱਤਰੀ ਭਾਗ ਹੈ ਉਹ ਸਭ ਤੋਂ ਜਿਆਦਾ ਕੀ ਹੈ ਹਿੱਸਾ ਤੇ ਖੇਤਰ ਘੇਰਦਾ ਹੈ ਨੈਕਸਟ ਕੁਐਸਚਨ ਭਾਰਤ ਨੂੰ ਪਾਕਿਸਤਾਨ ਤੋਂ ਕਿਹੜਾ ਮਾਰੂਥਲ ਵੱਖ ਕਰਦਾ ਹੈ ਭਾਰਤ ਨੂੰ ਪਾਕਿਸਤਾਨ ਤੋਂ ਕਿਹੜਾ ਮਾਰੂਥਲ ਵੱਖ ਕਰਦਾ ਹੈ ਫਰਸਟ ਰੇਗਿਸਤਾਨ ਸੈਕਿੰਡ ਸਹਾਰਾ ਥਰਡ ਥਾਰ ਫੋਰਥ ਤਿੱਬਤੀ ਹਾਂਜੀ ਸੋਹਣੇ ਸਜ ਦਾ ਰਾਈਟ ਆਨਸਰ ਕੀ ਹੈ ਥਾਰ ਮਾਰੂਥਲ ਜਿਹੜਾ ਥਾਰ ਮਾਰੂਥਲ ਜਿਹੜਾ ਰਾਜਸਥਾਨ 'ਚ ਕਿਹਾ ਜਾਂਦਾ ਹੈ ਉਹ ਜਿਹੜਾ ਕੀ ਕਹਿੰਦੇ ਆ ਜਿਹੜਾ ਥਾਰ ਮਾਰੂਥਲ ਹੈ ਭਾਰਤ ਨੂੰ ਪਾਕਿਸਤਾਨ ਤੋਂ ਵੱਖ ਕਰਦਾ ਹੈ ਨੈਕਸਟ ਕੁਐਸਚਨ ਭਾਰਤ ਦਾ ਖੇਤਰਫਲ ਪੱਖੋਂ ਕਿੰਨਾ ਸਥਾਨ ਹੈ ਭਾਰਤ ਦਾ ਖੇਤਰਫਲ ਪੱਖੋਂ ਕਿੰਨਾ ਸਥਾਨ ਹੈ ਫਰਸਟ ਦੂਸਰਾ ਥਰਡ ਪੰਜਵਾਂ ਸੌਰੀ ਸੈਕਿੰਡ ਪੰਜਵਾਂ ਥਰਡ ਸਤਵਾਂ ਫੋਰਥ ਨੋਵਾਂ ਹਾਂਜੀ ਸ੍ਰੋਣੀ ਜਿਵੇਂ ਆਪਾਂ ਪਹਿਲਾਂ ਵੀ ਕਰ ਚੁੱਕੇ ਸੀਗਾ ਰੱਕੂ 22 ਦੇ ਅਕੋਰਡਿੰਗ ਜਿਹੜਾ ਭਾਰਤ ਹੈ ਉਹ 7ਵੇਂ ਸਥਾਨ ਤੇ ਆਉਂਦਾ ਹੈ ਖੇਤਰਫਲ ਪੱਖੋਂ 7ਵੇਂ ਸਥਾਨ ਤੇ ਆਉਂਦਾ ਹੈ ਨੈਕਸਟ ਕੁਐਸਚਨ ਭਾਰਤ ਦੀ ਤਕੋਣੀ ਸ਼ਕਲ ਕਿਉਂ ਬਣਦੀ ਹੈ ਜੇਕਰ ਆਪਾਂ ਮੈਪ ਤੋਂ ਦੇਖ ਲਈਏ ਤਾਂ ਭਾਰਤ ਦੀ ਟਿਕੋਣੀ ਸ਼ਕਲ ਕਿਉਂ ਬਣਦੀ ਹੈ ਫਸਟ ਹਿੰਦ ਮਹਾਸਾਗਰ ਕਰਕੇ ਸੈਕਿੰਡ ਦੱਖਣੀ ਪ੍ਰਾਇਦੀਪੀ ਪਠਾਰ ਕਰਕੇ ਥਰਡ ਹਿਮਾਲਿਆ ਕਰਕੇ ਫੋਰਥ ਇਹ ਸਾਰੇ ਹਾਂਜੀ ਸਟੂਡੈਂਟ ਸਹੀ ਦਾ ਰਾਈਟ ਆਨਸਰ ਕੀਆ ਦੱਖਣੀ ਪ੍ਰਾਇਦੀਪੀ ਪਠਾਰ ਕਰਕੇ ਜਿਹੜੀ ਭਾਰਤ ਦੀ ਸ਼ਕਲ ਕੀ ਹੈ ਟਿਕੋਣੀ ਬਣਦੀ ਹੈ ਭਾਰਤ ਦੇ ਪੂਰਬੀ ਦੱਖਣੀ ਪਾਸੇ ਕੀ ਹੈ ਭਾਰਤ ਦੇ ਪੂਰਬੀ ਦੱਖਣੀ ਪਾਸੇ ਕੀ ਹੈ ਯਾਨੀ ਜਿਹੜਾ ਮੈਪ ਜੇ ਆਪਾਂ ਲਗਾ ਲਈਏ ਤਾਂ ਆਪਾਂ ਇਸ ਏਰੀਆ ਵਿੱਚ ਕੀ ਹੈ ਪੂਰਬੀ ਆਕੜਾ ਪੂਰਬ ਹੈ ਤੇ ਆ ਕੀ ਹੈ ਦੱਖਣ ਹੈ ਤੇ ਆ ਕੀ ਬਣ ਗਿਆ ਪੂਰਬੀ ਦੱਖਣੀ ਬਣ ਗਿਆ ਸੋ ਆਪਾਂ ਇਸ ਏਰੀਆ ਵਿੱਚ ਦੱਸਣਾ ਹੈ ਵੀ ਕੀ ਹੈ ਫਸਤਾ অপਸ਼ਨ ਹੀ ਰੋਂਗ ਕਰ ਦੋ ਸੈਕਿੰਡ ਬੇ ਉਹ ਬੰਗਾਲ ਥਰਡ ਲਕਸ਼ਦੀਪ ਫੋਰਥ ਹਿੰਦੁਮਾ ਸਾਗਰ ਹਾਂਜੀ ਸਟੂਡੈਂਟਸ ਸੋ ਇਸ ਦਾ ਰਾਈਟ ਆਨਸਰ ਕੀ ਹੈ ਬੇ ਆਫ ਬੰਗਾਲ ਜਿਹੜੇ ਐਸ ਪਾਸੇ ਇੰਡੀਆ ਦੇ ਐਸ ਪਾਸੇ ਕੀ ਹੈ ਬੇ ਆਫ ਬੰਗਾਲ ਹੈ ਤੇ ਐਸ ਪਾਸੇ ਕੀ ਹੈ ਅਰੇਬੀਅਨ ਸੀ ਐ ਸੋ ਇਸ ਦਾ ਪੂਰਬੀ ਦਖਣੀ ਆਪਾਂ ਦੱਸਣਾ ਸੀ ਸੋ ਰਾਈਟ ਆਨਸਰ ਕੀ ਬਣ ਜਾਏਗਾ ਬੇ ਆਫ ਬੰਗਾਲ ਨੈਕਸਟ ਕੁਐਸਚਨ ਭਾਰਤ ਨੂੰ ਕਿਹੜੀ ਰੇਖਾ ਦੋ ਸਮਾਨ ਭਾਗਾਂ ਵਿੱਚ ਵੰਡਦੀ ਹੈ ਇਹ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ ਕਿਹੜੀ ਹੈ ਕਰਕ ਰੇਖਾ ਜਨਸੰਖਿਆ ਦੇ ਨਜ਼ਰੀਏ ਤੋਂ ਭਾਰਤ ਨੂੰ ਵਿਸ਼ਵ ਵਿੱਚ ਕਿਹੜਾ ਸਥਾਨ ਪ੍ਰਾਪਤ ਹੈ ਇਹ ਵੀ ਆਪਾਂ ਕਰ ਪਹਿਲਾਂ ਕਰ ਚੁੱਕੇ ਹਾਂ ਦੂਸਰਾ ਹਾਂਜੀ ਸਿਰ ਨੂੰ ਸੋ ਅੱਜ ਦਾ ਸੈਸ਼ਨ ਆਪਣਾ ਇੱਥੇ ਖਤਮ ਹੁੰਦਾ ਹੈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏਗੀ ਸੋ ਸਾਡੇ ਜਿਹੜੇ YouTube ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਿਓ ਥੈਂਕ ਯੂ